ਹਾਂਜੀ ਵੈਲਕਮ ਹੈ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਕੱਲ੍ਹ ਆਪਾਂ ਟਾਇਰ ਪਾ ਲਏ ਸੀਗੇ ਅਤੇ ਆਪਣਾ ਟੂਲ ਲਾ ਕੇ ਉੱਥੇ ਰੱਖਿਆ ਹੁੰਦਾ, ਉਹ ਵੀ ਅੱਜ ਆਪਾਂ ਚੱਕ ਕੇ ਲੈ ਕੇ ਆਉਣਾ। ਅਤੇ ਟਰੈਕਟਰ ਪੂਰਾ ਸਾਫ਼ ਆ, ਟਾਇਰ ਲਿਬੜੇ ਹੋਏ ਆ, ਅਤੇ ਆਪਾਂ ਟਾਇਰ ਧੋ ਲਈਏ ਇਕੱਲੇ ਘਰੇ। ਹੁਣ ਆਪਾਂ ਟਾਇਰ ਟੂਰ ਧੋਂਦੇ ਹਾਂ, ਫਿਰ ਦੇ ਦਿੰਦੇ ਹਾਂ ਆਪਣਾ ਅਗਲਾ ਪ੍ਰੋਸੈਸ ਕੀ ਆ। ਮੇਨ ਪਹਿਲਾਂ ਆਪਾਂ ਟਾਇਰ ਧੋ ਲਈਏ ਟਾਇਰ, ਕਿਉਂਕਿ ਜ਼ਿਆਦਾ ਲਿਬੜੇ ਹੋਏ ਆ, ਦੇਖ ਲਓ ਕਰੋ ਚੈੱਕ, ਪਿੱਛੇ ਵਾਲੇ ਬਹਿਣ ਪੂਰੇ ਸਾਫ਼, ਮੂਹਰਲੇ ਲਿਬੜੇ ਹੋਏ ਕਰ ਦਈਏ ਸਾਫ਼। ਟਾਇਰ ਆਪਾਂ ਲੈ ਧੋ, ਮਾੜਾ ਪਾਣੀ ਮਾਰ ਕੇ ਹੱਥ ਮਾਰਤਾ। ਅਤੇ ਆਹ ਚੀਜ਼ ਆਹ ਜਿਹੜਾ ਹੈ ਨਾ, ਇਹ ਤਾਂ ਪ੍ਰੈਸ਼ਰ ਨਾਲ ਹੀ ਲੈਣਾ। ਲਓ ਵੀ ਮਿੱਤਰੋ, ਕਹਿੰਦੇ ਆਪਾਂ ਆਏ ਸੀਗੇ ਇੱਧਰ ਰੀਡਾ ਰੂਲਾ ਬਣਾਉਣ ਖੇਤ, ਆਪਣੀ ਮੋਟਰ 'ਤੇ ਜਿੱਥੇ ਆਪਾਂ ਲਾਸਟ ਖੇਤ ਕਣਕ ਦੇ ਵਿੱਚ ਜਾਈਏ ਅਤੇ ਪਾਣੀ ਪੂਣੀ ਲਾਈ ਜਾਂਦਾ ਇੱਧਰ। ਅੱਜ ਆਪਾਂ ਅਸਤਰ ਨਾਲ ਬਣਾਈ ਆ ਵੀਡੀਓ, ਡਰੋਨ ਨਾਲ, ਡਰੋਨ ਹੀ ਕਹਿੰਦੇ ਇਹਨੂੰ, ਗਿੰਬਲ, ਸੋਰੀ ਗਿੰਬਲ ਨਾਲ। ਜਿੰਨੀਆਂ ਵੀ ਤੁਸੀਂ ਪਿੱਛੇ ਕਲਿੱਪਾਂ ਦੇਖੀਆਂ ਨੇ ਇਹਦੇ ਨਾਲ ਬਣੀਆਂ ਹੋਈਆਂ ਨੇ, ਪੂਰਾ ਸਰਾ ਗੱਲਬਾਤ ਆ। ਇੱਕ ਵਾਰ ਸੈੱਟ ਕਰ ਦਿਉ, ਆਹ ਦੇਖੋ ਇੱਥੋਂ ਕਰਕੇ ਜਿੱਧਰ ਨੂੰ ਮਰਜ਼ੀ, ਬਾਲੀ ਘੈਂਟ ਨਜ਼ਾਰੇਦਾਰ ਜੀ ਆ ਯਾਰ। ਕਰੋ ਮਿੱਤਰੋ ਚੈੱਕ, ਪੂਰੀ ਸਰਾ ਗੱਲਬਾਤ ਆ, ਪੂਰੀ ਬਾਹਲੀ ਘੈਂਟ ਬਣਦੀ ਆ ਵੀਡੀਓ ਇਹਦੇ ਵਿੱਚ। ਤਾਂ ਦੋ ਵਾਰ ਬਟਨ ਨੱਪ ਕੇ ਇੱਕ ਵਾਰ ਸੈੱਟ ਕਰ ਦਿਉ, ਜਿੱਦਾਂ ਨੂੰ ਮਰਜ਼ੀ ਲੈ ਚੱਲ, ਇਹਨੇ ਉੱਥੇ ਹੀ ਰਹਿਣਾ ਵਾ। ਜਿੰਨੀਆਂ ਵੀ ਤੁਸੀਂ ਕਲਿੱਪਾਂ ਦੇਖੀਆਂ ਸਾਰੀਆਂ ਇਹਦੇ ਵਿੱਚ ਬਣਾਈਆਂ ਹੋਈਆਂ ਨੇ, ਵੀਡੀਓ ਬਣ ਰਹੀ ਹੈ ਇਸ ਟਾਈਮ, ਵੀਡੀਓ ਵੀ ਬਣ ਰਹੀ ਹੈ ਇਹਦੇ 'ਚ। ਅਤੇ ਹੁਣ ਆਪਾਂ ਚੱਲਦੇ ਹਾਂ ਘਰੇ। ਅਗਲਾ ਪ੍ਰੋਗਰਾਮ ਆਪਣਾ ਕੀ ਆ, ਸ਼ਾਇਦ ਅੱਜ ਕੁਛ ਨਹੀਂ ਕਰਨਾ, ਬਸ ਇਹ ਚੈੱਕ ਕਰਨਾ ਹੀ ਅੱਜ। ਸਾਨੂੰ ਘੱਟ ਵੱਧ ਹੀ ਚਲਾਉਣਾ ਹੁੰਦਾ ਸੀਗਾ, ਇਹ ਚਲਾ ਚਲੂ ਕੇ ਦੇਖਿਆ, ਯਾਨੀ ਕਿ ਵਧੀਆ ਚਲਾ ਲਿਆ, ਵਧੀਆ ਰੀਲਾਂ ਬਣਾ ਲਈਆਂ ਅਸੀਂ। ਲਓ ਵੀ ਮਿੱਤਰੋ ਗੱਲ ਹੋ ਗਈ, ਇੱਦਾਂ ਆਪਾਂ ਘਰੇ ਨਹੀਂ ਗਏ ਗੇ, ਚੂਤਾਂ ਆ ਗਏ ਜਿਹੜੀ ਉਹਦੇ ਡਰਾਈਵਰ ਨੇ ਨਾ, ਟੇਪਾਂ ਹੀ ਪੱਟੀਆਂ ਸੀਗੀਆਂ, ਉਹ ਆਪਾਂ ਸੈੱਟ ਕਰਾਉਣੀਆਂ ਤੇਰੇ ਕਾਰਨਾਮੇ ਆ। ਯਾਰ ਉਹ ਔਕੜੀ ਤਾਂ ਪਈ ਸੀ ਪਹਿਲਾਂ ਹੀ, ਔਕੜੀ ਪਈ ਸੀ, ਹੁਣ ਉਹ ਕਰਾਉਣ ਆਇਆ ਲੋਟ। ਮੈਂ ਕਿਹਾ ਘਰੇ ਨਹੀਂ ਆਉਣਾ, ਜਾ ਕੰਮ ਨਿਬੇੜ ਦਿੰਦੇ ਹਾਂ, ਉਹ ਸਕੂਟਰੀ ਪਰੇ ਕਰ ਲਾਈਏ ਸਾਈਡ 'ਤੇ। ਲਓ ਵੀ ਆ ਗਿਆ ਆਪਾਂ ਜੇ ਰੜ ਦੇ, ਆਹ ਟੇਬ ਲਾ ਦੇ ਜਿਹੜੀ ਉਦਣ ਛੱਡੀ ਆ, ਤੈਂ ਆਹ ਉਦਣ ਵਿੱਚ ਹੀ ਛੱਡਤਾ ਮਾੜਾ ਜਿਹਾ ਪੀਸ, ਇਹ ਉਹਦੇ ਨਾਲ ਲੈਣੀ ਆ ਹੁਣ, ਇਹ ਪੱਤੀ ਜੀ ਨਾਲ, ਅਸਤਰ ਸ਼ਾਸਤਰ ਤਾਂ ਬਹੁਤ ਆ ਜੇ ਰੜ ਕੋਲੇ। ਲਿਆ ਪੱਤੀ ਫੜਾ, ਮੈਂ ਲਾ ਕੇ ਦਿਖਾਉਣਾ ਤੈਨੂੰ, ਆਇਆ ਲੈ ਤੂੰ ਬਣਾ ਲਾ। ਉਹ ਇਹ ਬਾਈ, ਉਹ ਬੰਦਾ ਕਹਿੰਦਾ ਮੇਰੀ ਕੋਈ ਗਾਰੰਟੀ ਨਹੀਂ ਕਿ ਰੰਗ ਲੈ ਗਿਆ, ਇਹ ਆਪਣੇ ਦਮ ਤੇ ਕਰੂੰਗਾ ਯਾਰ, ਲੈ ਦਮ ਤੇ ਲਾ ਕੇ ਦਿਖਾਉਂ, ਦਮ ਤੇ ਦੇਖ ਇੰਨੀ ਕੁ ਟੇਪ, ਇਹ ਗਾਹਾਂ ਜੰਗ ਲੜਨੀ ਇਹਦੇ ਪਿੱਛੇ ਆਪਾਂ, ਮਾੜੀ ਜਿਹੀ ਪੱਤੀ ਜੀ ਲਾਓ ਨਾਲ ਜਦੀ ਲੈ। ਲਓ ਵੀ ਮਿੱਤਰੋ, ਬਾਈ ਹੁਣੀ ਮਿਲਣ ਆਏ ਸੀਗੇ ਤੇ ਰੀਲਾਂ ਰੂਲਾਂ ਬਣਾਉਂਦੇ ਆ। ਕਿਹੜੇ ਪਿੰਡ ਤੋਂ ਵੀਰੇ ਤੁਸੀਂ? ਲੁਧਿਆਣੇ ਸ਼ਹਿਰ ਤੋਂ ਵੀਰੇ, ਲੁਧਿਆਣੇ ਤੇ ਬਾਈ ਹੁਣੀ ਦੱਸਦੇ ਆ, ਪਹਿਲਾਂ ਸਾਡਾ ਘਰ ਵੀ ਜੋਧਾ ਹੀ ਹੁੰਦਾ ਸੀਗਾ ਤੇ ਰੀਲਾਂ ਰੂਲਾਂ ਬਣਾ ਰਹੇ ਆ ਹੁਣ। ਲਓ ਵੀ ਜਸ ਜੋਧ ਨੇ ਰੀਲ ਬਣਾ ਲਈ, ਤੇ ਟਰੈਕਟਰ ਕਿਵੇਂ ਲੱਗਿਆ ਚਲਾ ਕੇ? ਵਧੀਆ ਲੱਗਿਆ। ਕਿੰਨੀ ਉਮਰ ਆ ਤੇਰੀ? 10 ਸਾਲ ਦਾ ਟਰੈਕਟਰ ਦੇਖ ਲਓ ਚਲਾਉਂਦਾ, ਸਿਰਾ ਲਾਉਂਦਾ ਪੂਰਾ, ਕਹਿੰਦੇ ਟਰਾਲੀ ਟਰੂਲੀ ਵੀ ਭਰ ਕੇ ਬਾਹਰ ਕੱਢ ਲੈਂਦਾ, ਪੂਰੀ ਫੁੱਲ ਟਰਾਲੀ ਹੋਵੇ ਚਾਹੇ। ਲਓ ਵੀ ਬਾਈਆਂ ਨੇ ਟਰੈਕਟਰ ਚਲਾ ਕੇ ਦੇ ਲਿਆ, ਬਾਈ ਵਧੀਆ ਲੱਗਾ ਟਰੈਕਟਰ ਚਲਾ ਕੇ? ਪੂਰਾ ਵਧੀਆ, ਬਾਕੀ ਹਲੇ ਇਹਦੇ 2 ਗੁੱਟੇ ਮੂਹਰੇ ਤੇ, ਮਗਰ 14 ਦੇ ਟਾਇਰ ਪੈਣਗੇ ਨਾ, ਉਦੋਂ ਬਾਹਲਾ ਘੈਂਟ ਲੁੱਕ ਕੱਢੂਗਾ, ਕਿਉਂਕਿ ਯਾਰ ਇਹ ਨਾ ਮੂਹਰੇ ਜਿੰਨੇ ਮਰਜ਼ੀ ਵੱਡੇ ਪਾਈ ਜਾਈਏ, ਪਿੱਛੇ ਵਾਲੇ ਬਾਹਲੇ ਪਤਲੇ ਹੋ ਜਾਂਦੇ ਕੰਮ। ਇੱਕ ਟਰੈਕਟਰ ਵੀ ਛੋਟਾ, ਇਹ ਆਪਾਂ 14 ਦੀ ਪਾਵਾਂਗੇ, ਜੇ 16 ਦੇ ਪਾ ਤੇ ਵਿਚਾਰੇ ਦਾ ਇੰਜਣ ਹੋ ਜੂ ਫਾਲਤੂ ਜੀ। ਲਓ ਵੀ ਮਿੱਤਰ, ਇੱਕ ਪਾਸੇ ਹੋਣ ਵਾਲਾ ਡਨ,
ਤੇ ਟੇਪਾਂ ਆਪਾਂ ਬਲੈਕ ਹੀ ਦੁਬਾਰੇ ਕਰਾ ਲੈਣੀਆਂ ਕਿਉਂਕਿ ਬਲੈਕ ਸੋਹਣੀ ਲੱਗਦੀ ਆਪਣੇ ਰੈੱਡ ਨਾਲ ਬਲੈਕ ਸ਼ੇਡ ਵੱਧ ਦਿੱਤਾ ਹੋਇਆ ਵਾ ਤਾਂ ਕਰਕੇ ਲਓ ਵੀ ਮਿੱਤਰੋ ਇੱਕ ਪਾਸੇ ਹੋ ਗਈ ਤੇ ਨਾ ਪਹਿਲਾਂ ਆਪਾਂ ਮੇਲਾ ਦਾ ਇੱਥੇ ਤੱਕ ਕੀਤੀ ਹੋਈ ਸੀਗੀ ਉੱਪਰ ਤੱਕ ਹੈਂ ਨਹੀਂ ਇੱਥੇ ਤੱਕ ਕੀ ਸੀ ਇੱਥੇ ਤੱਕ ਹੁਣ ਜਾਣੀ ਕਿ ਪ੍ਰੋਪਰ ਕਰਤੀ ਇਹਨੇ ਪਹਿਲਾਂ ਥੋੜ੍ਹਾ ਗੰਦ ਪਾਤਾ ਸੀਗਾ ਉਦੋਂ ਇਹ ਨਵਾਂ ਨਵਾਂ ਸੀ ਉਹਨੂੰ ਉਹ ਸਿਖਾਉਂਦੇ ਹੀ ਸੀ ਅਸੀਂ ਇਹਨੂੰ ਹਲੇ ਹੁਣ ਇਹ ਪੂਰਾ ਸਿੱਖ ਗਿਆ ਹੁਣ ਕੰਮ ਪੂਰਾ ਵਧੀਆ ਕਰਦਾ ਵਾ ਅਤੇ ਹੁਣ ਇੱਧਰਲੇ ਪਾਸੇ ਕਰਵਾ ਲਈਏ ਜਦੋਂ ਹੈ ਨਾ ਆਪਾਂ ਪਹਿਲਾਂ ਸਮੋਕ ਕਰਾਈ ਗਈ ਸਟਿੱਕਰ ਸਾਰੇ ਅਤੇ ਬਾਈ ਨੇ ਉੱਪਰ ਜਿਹੜੀ ਲੈਮੀਨੇਸ਼ਨ ਹੁੰਦੀ ਉਹ ਉਵੇਂ ਛੱਡਤੀ ਤੁਹਾਨੂੰ ਦੱਸਿਆ ਸਿਖਾ ਰਹੇ ਹਾਂ ਆਪਾਂ ਕੰਮ ਅਤੇ ਬਾਈ ਨੇ ਹੇ ਟੈਕ ਵਾਲਾ ਵੀ ਸਟਿੱਕਰ ਉਵੇਂ ਛੱਡਤਾ ਸੀਗਾ ਇਹ ਵੀ ਹੁਣ ਸਮੋਕ ਕਰਾ ਕੇ ਹੀ ਆਊਗਾ ਚਾਹੇ ਰੈਕੋਰਡ ਜਾਂਦੇ ਨੇ ਉਹਨੂੰ ਅੱਜ 8 ਵੱਜਣ ਪਰ 8 ਵੱਜਣੇ ਨਹੀਂ ਗੇ ਕਿਉਂਕਿ ਕੰਮ ਥੋੜ੍ਹਾ ਜਿਹਾ ਹੀ ਆ ਆਹ ਟੇਪ ਅਤੇ ਸਮੋਕ ਬਾਕੀ ਸਾਰੇ ਸਟਿੱਕਰ ਆਪਣੇ ਸਮੋਕ ਆ ਆਹ ਬਾਹਲਾ ਫਿੱਟ ਗਿਆ ਆਹ ਤਾਜ਼ੇ ਕਰਕੇ ਗੂੜੇ ਆ ਵੀ ਹੁਣ ਇਹਨਾਂ ਵਰਗੇ ਹੋ ਹੀ ਜਾਣੇ ਆ ਇਹ ਲਓ ਵੀ ਮਿੱਤਰ ਦੂਜੇ ਪਾਸੇ ਵੀ ਹੋ ਗਈ ਤੇ ਚੱਕਦਾ ਮੈਂ ਤਾਹਾਨੂੰ ਰੋਲੀ ਲੈ ਕੇ ਜਾਈ ਠੰਡ ਆਣੇ ਪਾੜ ਵੀ ਜਦੀ ਦੇਣੀ ਆ ਨਾਲ ਦੇ ਦੂਸਾ ਚਲੋ 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 ਰੋਕ ਲਾ ਰੋਕ ਲਾ ਰੋਕ ਲਾ ਕਿਉਂ ਰੋਕ ਲਾ ਹੁਣ ਤਾਂ ਅਸੀਂ ਕੰਮ ਹੋ ਜਾਣਾ ਇਹ ਮੱਥੇ ਦੀ ਲਾਉਂਦਾ ਜੀ ਉਂਗੜਾ ਬੜਾ ਸੋਹਣਾ ਉਹਨੂੰ ਤੇ ਲੋਕ ਮਿੱਤਰ ਇੱਧਰ ਤਾਂ ਹੋ ਗਈ ਕਹਿੰਦੇ ਟੇਪ ਆਏ ਮੈਨੂੰ ਘੈਂਟ ਲੱਗਦਾ ਯਾਰ ਆਹ ਬਲੈਕ ਜਿਹਾ ਤਾਂ ਹੀ ਮੈਂ ਦੁਬਾਰੇ ਕਰਾਤੀ ਅਤੇ ਇੱਧਰ ਬਸ ਮਾੜਾ ਜਿਹਾ ਰਹਿ ਗਿਆ ਫਿਰ ਸਮੋਕ ਕਰਾ ਕੇ ਸਟਿੱਕਰ ਫਿਰ ਚੱਲਦੇ ਹਾਂ ਘਰੇ ਹਨੇਰਾ ਵੀ ਬਹੁਤ ਹੋ ਗਿਆ ਕਰਦੇ ਯਾਰ ਫਟਾਫਟ ਸਮੋਕ ਜਾਈਏ ਘਰ ਨੂੰ ਸਮੋਕ ਤਾਂ ਕਰਦੇ ਫਿਰ ਪਹਿਲਾਂ ਸਟਿੱਕਰ ਜਦੋਂ ਆਹ ਕਰਾਏ ਉਦੋਂ ਕਹਿੰਦਾ ਆਹ ਬਾਅਦ ਚੋਂ ਕਰਾਂਗੇ ਜਦੋਂ ਫਿਰ ਆਹ ਬਾਅਦ ਚੋਂ ਕਰਤੇ ਫਿਰ ਵੀ ਇੱਕ ਛੱਡਤਾ ਖਾਲੀ ਤਾਂ ਮਹਿੰਦਰ ਵਾਲਿਆਂ ਨੇ ਸਟਿੱਕਰ ਵੱਧ ਲਾਏ ਹੋਏ ਆ ਭੁੱਲ ਭੁੱਲ ਜਾਂਦਾ ਵਾ ਹਨਾ ਤੇ ਹੁਣ ਤਾਂ ਨਹੀਂ ਕੋਈ ਰਹਿੰਦਾ ਦੇ ਲੈ ਤੋਂ ਬਿਨਾਂ ਹੁਣੀ ਕਰਾ ਲੈਂਦੇ ਹਾਂ ਜੇ ਪਰਲੇ ਪਾਸੇ ਕੁਛ ਰਹਿੰਦਾ ਸਟਿੱਕਰ ਇਹਦਾ ਆਪਾਂ ਕਹੋਗੇ ਸਾਰੇ ਸਟਿੱਕਰ ਜਿਹੜੇ ਇਹਦੇ ਓਰੀਜਨਲ ਆ ਸਾਰੇ ਸਮੋਕ ਕਰਕੇ ਰੱਖੇ ਹੋਏ ਆ ਨਹੀਂ ਇੱਥੇ ਤਾਂ ਆਪਾਂ ਲੋਗੋ ਹੋਰ ਉਹ ਲਾਉਣਾ ਵਾ ਇਹ ਵੀ ਆਪਾਂ ਚੇਂਜ ਕਰਨਾ ਵਾ ਅਤੇ ਕੋਚ ਸਾਹਿਬ ਆਪਣੇ ਅੱਜ ਕਹਿ ਰਹੇ ਵੀ ਅੱਜ ਨਹੀਂ ਕਰਨਾ ਜਿਵੇਂ ਆਹ ਲਾਇਆ ਆਪਾਂ ਇਹੀ ਫਰੰਟ 'ਤੇ ਲਾ ਦੇਣਾ ਪਲੇਟ ਜੀ ਬਣਾ ਕੇ ਉਹ ਵੀ ਮਿੱਤਰੋ ਕਹਿੰਦੇ ਅੱਜ ਦਾ ਕੰਮ ਆਪਣਾ ਨਿਬੜ ਗਿਆ ਆਪਾਂ ਟਰੈਕਟਰ ਦਾ ਰੀਲਾਂ ਰੂਲਾਂ ਬਣਾਉਣ ਨੂੰ ਕੱਢਿਆ ਸੀ ਵੀ ਆਹ ਟਾਇਰ ਪਾ ਕੇ ਆਪਾਂ ਰੀਲਾਂ ਬਣਾ ਲਈਏ ਚਾਅ ਜਿਹਾ ਪੂਰਾ ਕਰ ਲਈਏ ਅਤੇ ਆਹ ਵੀ ਕੰਮ ਜਿੱਤੇ ਆ ਗਏ ਆਪਣੇ ਦੋਨੇ ਪਾਸੇ ਟੇਪ ਹੋ ਗਈ ਸਮੋਕ ਹੋ ਗਿਆ ਅਤੇ ਬਾਈ ਜੇ ਕਿਸੇ ਨੇ ਜੋਧਾ ਟੇਪ ਕਰਾਉਣੀ ਹੋਵੇ ਆਲੇ ਦੁਆਲੇ ਪਿੰਡਾਂ ਵਾਲਿਆਂ ਨੇ ਜੇ ਆਰ ਆਰ 'ਤੇ ਆ ਜਾਓ ਪੂਰਾ ਘੈਂਟ ਆ ਕੰਮ ਅਤੇ ਆਹ ਸਾਰਾ ਕੁਛ ਇਹ ਕਰ ਦਿੰਦਾ ਵਾ ਕੱਪ ਕੁੱਪ ਟੀ ਸ਼ਰਟਾਂ ਦੇ ਵਗੈਰਾ 'ਤੇ ਸਾਰਾ ਕੁਛ ਫੋਟੋ ਬਣਾ ਦਿੰਦਾ ਅਤੇ ਆਹ ਹੈਗਾ ਇਹਦੇ ਨੰਬਰ ਅਤੇ ਟੇਪ ਟੂਪ ਕਰਾ ਸਕਦੇ ਹੋ ਤੁਸੀਂ ਜੇ ਆਰ ਆਰ ਲਓ ਵੀ ਮਿੱਤਰੋ ਤੇ ਹੁਣ ਆਪਾਂ ਚੱਲ ਪਿਆ ਘਰੇ ਬਾਈ ਗਾਣੇ ਬੰਦ ਕਰ ਅੰਦਾਜੇ ਲਾ ਸਕਦੇ ਹੋ ਵੀ ਕੀ ਗੱਲਬਾਤ ਹੋ ਸਕਦੀ ਆ ਸਕੂਲੋਂ ਸਿੱਧੇ ਹਾਰਡ ਵਰਕ ਦੇਖੋ ਪਹਿਲਾਂ ਸਕੂਲ ਜਾਂਦੇ ਆ ਫੇਰ ਆ ਕੇ ਵਲੌਗ ਬਣਾਉਂਦੇ ਆ ਮੁੰਡੇ ਪੂਰੀ ਹਾਰਡ ਵਰਕਿੰਗ ਆ ਐਂ ਥੋੜੀ ਸੌਖੀ ਥੋੜੀ ਵਲੌਗ ਬਣਦੇ ਆ ਫਿਰ ਅੱਜ ਇਹਦੇ ਪਲੇਟਫਾਰਮ ਦਾ ਕੰਮ ਡਨ ਹੋ ਜਾਣਾ ਰਾਤੋਂ ਰਾਤ ਕੱਲ ਦਿਖਾਵਾਂਗੇ ਲੋ ਮਿੱਤਰੋ ਕਹਿੰਦੇ ਲਵੀ ਹੁਣੀ ਗੱਡੀ ਚ ਹੁਣ ਨਿਕਲ ਆਏ ਤੇ ਕੰਮ ਕਰ ਚੱਲੀ ਜਾਂਦਾ ਇੱਧਰ ਟਾਈਮ ਕਿੰਨਾ ਹੋ ਗਿਆ ਰਾਤ ਦਾ ਰਾਤ ਨੂੰ ਕਹਿੰਦੇ ਮਿਹਨਤ ਹੁੰਦੀਆਂ ਹਨਾ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ 20-22 ਦਿਨ ਤੋਂ ਇੱਥੇ ਰਾਤ ਨੂੰ ਆ ਰਹੇ ਆ ਤੇ ਇੱਥੇ ਇਹ ਰਹਿੰਦੇ ਆ ਕਈ ਵਾਰ ਚਨੇਰ ਚਲੇ ਜਾਂਦੇ ਕਈ ਵਾਰ ਇੱਥੇ ਰਹਿ ਪੈਂਦੇ ਆ ਸਰਾ ਗੱਲਬਾਤ ਹੋਈ ਪਈ ਆ ਮੈਂ ਕਹਿੰਦਾ ਕਹਿ ਰਿਹਾ ਤੇ ਇੱਧਰ ਕਹਿੰਦੇ ਓਵਲ ਵੀ ਅੱਜ ਚੱਲਦੇ ਕਰਤੇ ਰਹਿ ਗਈ ਹਨਾ ਤੇ ਰਾਤ ਨੂੰ ਕਹਿੰਦੇ ਪੂਰਾ ਕੰਮ ਚੱਲਦਾ ਪਲੇਟਫਾਰਮ ਦਾ ਓਨਲੀ ਪਲੇਟਫਾਰਮ ਦੇਖੋ ਤੇ ਇੱਧਰ ਚੱਲਦਾ ਕੰਮ ਕਰ ਮੈਸਤਰੀ ਜ਼ੋਰਾਂ ਸ਼ੋਰਾਂ ਤੇ ਲੱਗਿਆ ਹੋਇਆ ਵਾ ਮਿਹਨਤਾਂ ਪੂਰੀਆਂ ਫੁੱਲ ਕਰਦਾ ਕਹਿੰਦੇ ਰਾਤ ਨੂੰ ਮੈਸਤਰੀ ਦਿਨੇ ਕੰਮ ਕਰੇ ਨਾ ਕਰੇ ਰਾਤ ਨੂੰ ਵਧੀਆ ਕਰਦਾ ਨਾ ਸਾਰਾ ਕੰਮ ਪਲੇਟਫਾਰਮ ਕਹਿੰਦੇ ਰਾਤੋਂ ਰਾਤ ਤਿਆਰ ਕਰ ਦੇਣਾ ਮੈਸਤਰੀ ਕੀ ਕਹਿਣਾ ਚਾਹੋਗੇ ਨੀਂਦ ਤਾਂ ਨਹੀਂ ਆਉਂਦੀ ਸਾਡੇ ਆਪ ਗਰੰਟਰ ਆ ਮਾਰ ਲੈ ਫੇਰ ਗੱਲ ਕਰਾਉਣਾ 12 ਵੱਜ ਗਏ ਮੈਸਤਰੀ ਨੀਂਦ ਨੀਂਦ ਨੂੰ ਨਹੀਂ ਆਉਂਦੀ ਅੱਜ ਤਾਂ ਪਲੇਟਫਾਰਮ ਦਾ ਕੰਮ ਨਿਬੇੜ ਦੇਣਾ ਦੇਖੋ ਆਹ ਵੀ ਵੱਡੇ ਕਰਤੇ ਕਲੱਚ ਤੇ ਬ੍ਰੇਕਾਂ ਵਾਲੇ ਤੇ ਆਪਾਂ ਅੱਜ ਦਾ ਵਲੌਗ ਕਰਦੇ ਆ ਰਾਤ ਨੂੰ ਖਤਮ ਗੁੱਡ ਮਾਰਨਿੰਗ ਹੋਣ ਵਾਲੀ ਆ ਪਰ ਹੁਣ ਤਾਂ ਰਾਤ ਹੀ ਕਹਿ ਸਕਦੇ ਆ ਅੱਜ ਤਾਂ 11:50 ਹੋ ਗਿਆ ਅੱਜ ਦਾ ਵਲੌਗ ਆਪਾਂ ਕਰਦੇ ਆ ਰਾਤ ਨੂੰ ਖਤਮ
ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ। ਜੇਕਰ ਤੁਹਾਨੂੰ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ, ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਬੈਲ ਆਈਕਨ ਜ਼ਰੂਰ ਦੱਬ ਦਿਓ। ਚਲੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ, ਜਾਣੀ ਕਿ ਕੱਲ੍ਹ ਨੂੰ ਸਵੇਰੇ 8 ਵਜੇ।